ਸਾਡਾ ਭੋਲਾਪਣ, ਸਾਡਾ ਦੇਸੀਪਣ, ਇਹੀ ਸਾਡੀ ਪਹਿਚਾਣ ਹੈ। ਜਿਹੜੇ ਪਿੰਡਾਂ ਵਾਲੇ ਤੁਹਾਨੂੰ ਪਤਾ ਏਦਾਂ ਹੀ ਹੁੰਦੇ ਆ, ਠੀਕ ਹੈ ਨਾ। ਅਸੀਂ ਪਿੰਡਾਂ ਵਾਲੇ ਬਾਈ, ਅਸੀਂ ਹੌਟ ਆਊਟ ਹੀ ਖਾਣਾ। ਤੇ ਮੈਂ ਕਹਿ ਦਿਆ ਫਿਰ ਇੱਕ ਵਾਰੀ ਹੌਟ ਆਊਟ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਿੰਮੇ ਜੱਟ, ਸਤਿ ਸ੍ਰੀ ਅਕਾਲ ਜੀ। ਪਿੱਛੇ ਬੈਠਾ ਮੇਰਾ ਨਿੰਮਾ ਜੱਟ। ਤੇ ਅੱਜ ਚੱਲੇ ਅਸੀਂ ਰੋਪੜ ਸ਼ਹਿਰ ਘੁੰਮਣ ਫਿਰਨ ਚੱਲੇ ਹਾਂ। ਵੈਸੇ ਇੱਕ ਦੋ ਕੰਮ ਵੀ, ਤੇ ਜਿਹੜੀ ਕਿ ਮੈਂ ਨਾ ਮਹੀਨੇ 'ਚੋਂ ਇੱਕ ਵਾਰੀ ਭੱਠਾ ਦਾ ਮੱਥਾ ਟੇਕਣ ਜਾਂਦਾ ਹੁੰਦਾ। ਮੈਂ ਤਾਂ ਪਿਛਲੇ ਮਹੀਨੇ ਜਾ ਨਹੀਂ ਹੋਇਆ, ਕੰਮ ਬਿਜ਼ੀ ਸੀ ਥੋੜ੍ਹਾ ਜਿਹਾ, ਅਤੇ ਜਾ ਨਹੀਂ। ਤਾਂ ਇਸ ਮਹੀਨੇ ਹੁਣ ਇਕੱਠਾ ਮੱਥਾ ਟੇਕ ਕੇ ਆਊਂਗਾ। ਦੋ ਮਹੀਨੇ ਦਾ ਇਕੱਠਾ ਮੱਥਾ ਟੇਕ ਕੇ ਆਊਂਗਾ। ਬਹੁਤ ਨਹੀਂ ਹੁੰਦਾ, ਮੇਰੇ ਥੋੜ੍ਹਾ ਜੀਭ ਦੇ ਉੱਪਰ ਛਾਲਾ ਹੋਇਆ ਹੋਇਆ, ਗੱਡੀ ਦੇ ਪਿਛਲੇ ਟਾਇਰ ਨੂੰ ਪੈਂਚਰ ਹੋਇਆ ਹੋਇਆ, ਉਹ ਪੈਂਚਰ ਲਾਉਣਾ। ਅਤੇ ਨਿੰਮੇ ਜੱਟ, ਤੇਰਾ ਕੀ ਕੰਮ ਹੈ? ਮੇਰਾ ਏਟੀਐਮ ਉਹ ਚਾਲੂ ਕਰਾਉਣਾ। ਏਟੀਐਮ? ਹਾਂ, ਇੱਕ ਜੁੱਤੀ ਲਿਆਉਣੀ ਹੈ। ਇੱਕ ਜੁੱਤੀ ਲਿਆਉਣੀ ਹੈ। ਅਮਨਾ ਤੇਰਾ ਕੰਮ? ਮੇਰਾ ਵਿਹਲਾ ਹੀ ਜੀ। ਵਿਹਲਾ ਹੀ ਹੈ? ਨਹੀਂ ਮੈਂ ਅਮਨਾ ਵਿਹਲਾ ਨਹੀਂ ਸੀ ਹੈਗਾ। ਅਮਨੇ ਨੇ 3-4 ਦਿਨ ਹੋ ਗਏ ਕਹੀਆਂ ਨਾਲੇ ਬਰਸੀਨ ਬੀਜਿਆ। ਕਿੰਨੀ? 1 ਵੀਘਾ? 2 ਵੀਘੇ ਬਰਸੀਨ। ਟਰੈਕਟਰ ਨਹੀਂ ਤੇ ਉੱਥੇ ਆਪਣੇ ਆਲੇ ਦੁਆਲੇ ਉਹ ਹੈ ਨਾ, ਜੀਰੀ ਆਲੇ ਦੁਆਲੇ, ਆਲੇ ਦੁਆਲੇ ਜੀਰੀ ਆ। ਤੇ ਗੱਬੇ ਇਹਨਾਂ ਨੇ ਉਹ 2 ਵੀਘੇ ਵੱਢ ਕੇ ਝਾੜ ਕੇ ਉੱਥੇ ਬਰਸੀਨ ਬੀਜਤਾ ਜੇ ਨਾ। ਮੇਤੇ ਵੀਡੀਓ ਨਹੀਂ ਬਣੀ ਹੈਗੀ, ਫਿਰ ਉਹੀ ਹੋ ਜਾਣਾ ਵੀ ਤੂੰ ਆਪ ਨਾਲ ਵਿਹਲਾ ਘੁੰਮ ਜਾਂਦਾ, ਕੋਈ ਕੰਮ ਨਹੀਂ ਕਰਦਾ। ਫਿਰ ਮੈਨੂੰ ਆਪਣੇ ਕੰਮ ਕਾਰ ਹੁੰਦੇ, ਕਦੇ ਇੱਧਰ ਕਦੇ ਉੱਧਰ, ਕਦੇ ਨੱਠ ਭੱਜ ਕਰ। ਅਤੇ ਇਹ ਸਾਰੇ ਕੰਮ ਸੀ। ਅਤੇ ਹੁਣ ਚੱਲੇ ਨਿੰਮੇ ਫਿਰ ਰੋਪੜ, ਅਤੇ ਉਸ ਤੋਂ ਬਾਅਦ ਅੱਜ ਕੁਝ ਖਾਣਾ ਪੀਣਾ ਵੀ, ਕੁਝ ਖਾਣਾ ਪੀਣਾ 'ਚ ਕੋਈ ਵਧੀਆ ਖਾਈਏ ਯਾਰ। ਨਿੰਮੇ ਕਿਆ ਖਾਣ ਨੂੰ ਜੀ ਕਰਦਾ ਫਿਰ ਅੱਜ? ਬਾਈ ਦੇਖ ਲਿਓ, ਹੁਣ ਮੈਂ ਤਾਂ ਖੰਘ ਹੋਈ ਪਈ ਆ। ਲੈ ਦੇਖ, ਹੈ ਪਹਿਲੀ ਖੰਘ ਹੋਈ ਹੋਈ ਹੈ। ਖੰਘ ਦਾ ਮੀਨ ਮੈਂ ਅੱਜ ਤੁਹਾਨੂੰ ਗੱਲ ਦੱਸਦਾ। ਮੈਂ ਇੱਕ ਵਾਰੀ ਕੀ ਹੋਇਆ, ਜਦੋਂ ਵਿਆਹ ਤੋਂ ਬਾਅਦ ਬੰਦਾ ਸਹੁਰੇ ਜਾਂਦਾ ਸਹੁਰੇ ਜਾਂਦਾ, ਤੇ ਭਾਈ ਮੈਨੂੰ ਉੱਥੇ ਹੋ ਗਈ ਇੱਧਰ ਘਰ ਤੋਂ ਕੁਦਰ ਗਲਾ ਗੁਲਾ ਸੁੱਕਿਆ ਹੋਇਆ ਸੀ, ਤੇ ਮੈਨੂੰ ਹੋਈ ਸੀ ਖੰਘ। ਮੈਂ 2 ਵਾਰੀ ਖੰਘਿਆ, ਕਹਿੰਦੇ ਜਵਾਈ ਨੂੰ ਖੰਘ ਹੋਈ ਹੋਈ ਹੈ, ਲਿਆ ਕੇ ਬੋਤਲ ਰੱਖਦੀ ਮੇਰੇ ਮੂਹਰੇ। ਕਿਤੇ ਹੁਣ ਤੈਨੂੰ ਤਾਂ ਨੀ ਹੋਈ ਖੰਘ ਹੋਈ ਹੋਈ? ਨਹੀਂ ਨਹੀਂ ਬਾਈ, ਤੈਨੂੰ ਸੱਚੀ ਦੀ ਹੋਈ ਹੋਈ ਹੈ? ਖੰਘ ਹੋਈ ਪਈ। ਅੱਛਾ, ਤੇ ਮੈਂ 2 ਵਾਰੀ ਖੰਘਿਆ, ਕਹਿੰਦੇ ਜਵਾਈ ਨੂੰ ਖੰਘ ਹੋਈ ਹੋਈ ਹੈ, ਮੈਨੂੰ ਲਿਆ ਕੇ ਬੋਤਲ ਰੱਖਦੀ ਮੇਰੇ ਮੂਹਰੇ। ਉਹ ਤਾਂ ਖੰਘਦਾ ਵੀ ਹੈ, ਕੋਈ ਨਾ, ਮੈਂ ਵੀ ਇੱਦਾਂ ਖੰਘਦਾ, ਮੈਨੂੰ ਵੀ ਉਹਨਾਂ ਨੇ ਬੋਤਲ ਲਿਆ ਕੇ ਦਿੱਤੀ ਜੀ। ਕੋਈ ਨਾ, ਤੇਰਾ ਕਰਦਾ ਕੋਈ ਇਲਾਜ, ਤੈਨੂੰ ਬੀਅਰ ਸ਼ੀਰ ਪਿਲਾਉਂਦੇ ਫਿਰ ਅੱਜ। ਤੇ ਹੁਣ ਚੱਲੇ ਫਿਰ ਰੋਪੜ, ਤੇ ਰੋਪੜ ਪਹਿਲਾਂ ਲਾਉਂਦੇ, ਪਹਿਲਾਂ ਪੈਂਚਰ ਗੱਡੀ ਨੂੰ। ਤੇ 14 ਤਰੀਕ ਨੂੰ ਅਸੀਂ ਜਾ ਰਹੇ ਹਾਂ ਵਿਆਹ ਦੇਖਣ, ਰੱਬ ਦੀ ਕਿਰਪਾ ਰਹੀ ਤਾਂ ਅਸੀਂ ਤਿੰਨੇ ਇੱਕ 12 ਨੂੰ ਵੀ, ਜਿਹੜਾ 12 ਵਾਲਾ ਕੈਂਸਲ ਹੋ ਗਿਆ, ਤੇ 14 ਨੂੰ ਚੱਲਾਂਗੇ ਸ਼ਾਇਦ। 12 ਨੂੰ ਵੀ ਜਾਣਾ ਉਹ ਪੱਕਾ, ਹਲੇ ਕਨਫਰਮ ਨਹੀਂ ਹੈਗਾ, ਤੇ 14 ਨੂੰ ਤਾਂ ਅਸੀਂ ਜਾਣੇ ਜਾਣਾ ਸਾਰੇ ਇਕੱਠੇ ਹੋ ਕੇ ਜਾਵਾਂਗੇ। ਹੁਣ ਚੱਲੀਏ ਫਿਰ ਰੋਪੜ ਹੈ ਨਾ, ਰੋਪੜ ਤੇ ਹੁਣ ਤੁਹਾਨੂੰ ਰੋਪੜ ਸ਼ਹਿਰ ਵੀ ਦਿਖਾਵਾਂ ਥੋੜ੍ਹਾ ਜਿਹਾ। ਭੱਠੇ ਸਾਹਿਬ ਗੁਰਦੁਆਰੇ ਗੱਡੀ ਨੂੰ ਪੈਂਚਰ ਲਓ, ਸਭ ਤੋਂ ਪਹਿਲਾਂ ਗੱਡੀ ਨੂੰ ਲਾਉਂਦੇ ਆਪਾਂ ਪੈਂਚਰ। ਅਸੀਂ ਗੱਡੀ ਨੂੰ ਪੈਂਚਰ ਲਵਾ ਲਿਆ, ਤੇ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਭੱਠਾ ਸਾਹਿਬ, ਤੇ ਹੁਣ ਇੱਥੇ ਦਰਸ਼ਨ ਕਰਕੇ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੇਖਦੇ ਹਾਂ। ਅਮਨੇ ਨੇ ਟੋਪੀ ਲਾ ਕੇ ਤੇ ਰੁਮਾਲ ਬੰਨ ਲਿਆ, ਨਿੰਮਾ ਜੱਟ ਵੀ ਪਿੱਛੇ ਤਿਆਰ ਬੈਠਾ, ਤੇ ਚੱਲੀਏ ਹੁਣ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ, ਫਿਰ ਚੱਲਦੇ ਹਾਂ ਅਗਲੇ ਕੰਮ ਪਰ। ਹੁਣ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਚੁੱਕੇ ਹਾਂ। ਯਕੀਨ ਕਰੋ ਵੀ ਮੈਂ ਹਰ ਮਹੀਨੇ ਇੱਥੇ ਗੁਰਦੁਆਰਾ ਭੱਠਾ ਸਾਹਿਬ ਆਉਂਦਾ ਦਰਸ਼ਨ ਕਰਨ ਵਾਸਤੇ, ਅਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਪਿਛਲੇ ਮਹੀਨੇ ਮੈਂ ਤਾਂ ਆ ਨਹੀਂ ਹੋਇਆ, ਮੈਂ ਪਿੱਛੇ ਦੱਸ ਚੁੱਕੇ ਹਾਂ, ਅਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ। ਹਰ ਮਹੀਨੇ ਮੈਂ ਇੱਥੇ ਆਉਂਦਾ ਮੱਥਾ ਟੇਕਣ ਵਾਸਤੇ, ਅਤੇ ਇਸ ਵਾਰ ਅਮਨਾ ਅਤੇ ਜੱਟ ਨਿੰਮਾ ਜੱਟ ਆਏ ਨਾਲ, ਨਹੀਂ ਮੇਰੀ ਵਾਈਫ ਮੇਰੇ ਨਾਲ ਆਉਂਦੀ ਹੁੰਦੀ ਹੈ। ਅਤੇ ਚੱਲੀਏ ਹੁਣ ਫਿਰ ਨਿੰਮੇ ਅਗਲੇ ਕੰਮ ਪਰ, ਅਤੇ ਨਿੰਮੇ ਦੀ ਜੁੱਤੀ ਵੀ ਧੋਣੀ ਹੈ, ਨਿੰਮਾ ਵੀ ਲੇਟ ਹੁੰਦਾ। ਮੈਂ
ਤੇਰੇ ਦੇਖੀ ਛਿੱਕਾ ਕੀ ਵਿੱਚ ਕਿਹੜਾ ਯਾਦ ਕਰਦਾ ਮੈਂ ਤੈਨੂੰ। ਚਲੋ ਚੱਲੀ ਯਾਰ ਫਿਰ ਹੁਣ ਟਾਈਮ ਹੁੰਦਾ ਜਾਂਦਾ, ਫਿਰ ਮੈਂ ਵੀ ਕੰਮ ਕਾਰ ਹੋਰ ਦੇਖਣੇ ਆ। ਨਿੰਮੇ ਖੰਘ ਹੋਈ ਠੀਕ ਨਹੀਂ? ਠੀਕ ਨੀ ਹਾਲੇ ਹੋਈ। ਹਾਂ ਚੱਲ ਕਰਦੇ ਕੋਈ ਨਾ ਕੋਈ ਤੇਰਾ ਇਲਾਜ। ਗੱਡੀ ਅਸੀਂ ਪਾਰਕ ਕਰਤੀ ਉੱਧਰ, ਖੜਾਤੀ ਗੱਡੀ ਪਹਿਲੇ ਪਾਸੇ। ਚਲੋ ਭਾਈ ਹੁਣ ਤੁਸੀਂ ਤਾਂ ਥੱਕ ਕੇ ਜਿੱਦਾਂ ਬਹੁਤ ਤੋਰ ਕੇ ਲਿਆਉਂਦਾ ਹੁੰਦਾ ਤੁਹਾਨੂੰ ਪਿੰਡ ਦੇ। ਚਲੋ ਚੱਲੀਏ, ਇਹ ਤਾਂ ਐਂ ਬੈਠੇ ਜਿੱਦਾਂ ਪਿੰਡ ਤੋਂ ਤੋਰ ਕੇ ਲੈ ਕੇ ਆਇਆ ਹੁੰਦਾ ਮੈਂ। ਚਲੋ ਹੁਣ ਸ਼ਹਿਰ ਚੱਲਦੇ ਹਾਂ। ਨਿੰਮੇ ਪਹਿਲਾਂ ਤੇਰੇ ਬੂਟ ਦਵਾਈਏ। ਨਿੰਮੇ ਨੇ ਜੁੱਤੀ ਦਵਾਤੀ ਆ ਤੇ ਹੁਣ ਮੈਂ ਨਿੰਮੇ ਨੂੰ ਆਪਣੇ ਬਲ ਦੇ ਦੋ ਪੱਟ ਕੇ ਗਿਫਟ ਕਰਨੇ ਪਰਦੇ। ਨਿੰਮਾ ਉੱਧਰ ਅਮਨਾ ਕਲਰ ਪਸੰਦ ਕਰੂਗਾ ਪਟਕਿਆਂ ਦੇ ਹੈਮ ਨੇ, ਤੇ ਨਿੰਮੇ ਹੁਣ ਅੱਜ ਤੋਂ ਬਾਅਦ ਉਹ ਪਟਕੇ ਬੰਨਣੇ ਆ। ਥੋੜ੍ਹਾ ਚੇਂਜ ਕਰਦੇ ਹੁਣ ਜੋ ਚੀਜ਼ ਹੈ ਨਾ ਵਿੱਚ, ਹੁਣ ਤੇਰੀ 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 ਲੁੱਕ ਚੇਂਜ ਹੋਣੀ ਚਾਹੀਦੀ ਹੈ ਬਾਈ। ਦੋ ਪਟਕੇ ਦਿਖਾਈ ਬਾਈ ਨੂੰ ਰੰਗ ਅਮਨੇ ਕਰੀ ਪਸੰਦ ਉਹ ਨੀ ਜੀ ਕਹੀ ਦਾ ਹੁੰਦਾ ਨਿੰਮਾ ਬਾਈ ਜੀ। ਨਿੰਮੇ ਦਾ ਬੈਂਕ ਦਾ ਕੰਮ ਤਾਂ ਥੋੜ੍ਹਾ ਜਿਹਾ ਉਹ ਵੀ ਕਰਵਾ ਲਿਆ, ਤਾਂ ਉਹਦੀ ਤੁਹਾਨੂੰ ਪੂਰੀ ਸਟੋਰੀ ਦੱਸੂਗਾ ਮੈਂ ਕਿਸ ਤਰ੍ਹਾਂ ਹੋਇਆ। ਅਤੇ ਹੁਣ ਨਿੰਮੇ ਨੂੰ ਕਿਆ ਖਾਣਾ, ਨਿੰਮੇ ਹੁਣ ਨਿੰਮੇ ਨੂੰ ਅਸੀਂ ਖਵਾਵਾਂਗੇ ਕੁੱਤਾ, ਨਹੀਂ ਕੁੱਤਾ ਨਹੀਂ ਹੌਟ ਡੌਗ, ਹੌਟ ਡੌਗ ਖਵਾਉਣ ਲੱਗੇ ਨਿੰਮੇ ਨੂੰ ਹੈ ਨੇ ਖਵਾ ਦੀ ਹੁਣ ਸਰ ਹੌਟ ਡੌਗ ਖਵਾਉਂਗੇ, ਤਾਂ ਕੁਛ ਮਿੱਠਾ ਵੀ ਖਵਾਉਂਗੇ, ਫਿਰ ਕੁਛ ਨਾ ਕੁਛ ਦੇਖਦੇ ਹਾਂ ਉਹ ਵੀ ਖਵਾਉਂਦੇ ਬਾਈ। ਇੱਧਰ ਕਰਮ ਕਰਨ ਲੱਗਿਆ ਹੋਇਆ, ਕਰਮ ਕਰਕੇ ਦਊਗਾ ਸਾਨੂੰ ਅਤੇ ਨਿੰਮਾ ਖਾਊਗਾ ਫਿਰ, ਤਾਂ ਫਿਰ ਕੁਛ ਮਿੱਠਾ ਖਾਓ। ਮੈਨੂੰ ਮਿਲਿਆ ਮੇਰਾ ਰੋਡਾ ਬਾਈ ਜਪਾਨ ਤੋਂ ਆਇਆ, ਇੱਧਰ ਮੇਰਸੀ ਬਾਈ
ਤੇ ਮੇਰੇ ਪਿੰਡ ਦੇ ਬੰਦੇ ਸਾਰੇ ਤੇ ਬਾਈ ਮੈਨੂੰ ਦੱਸ ਰਿਹਾ ਕਹਿੰਦਾ ਵੀ ਮੇਰਾ ਇਹਦਾ ਵੱਡਾ ਭਰਾ ਅਮਰੀਕਾ ਦੇ ਵਿੱਚ ਆ ਉਹ ਮੇਰੀ ਡੇਲੀ ਵੀਡੀਓ ਦੇਖਦਾ ਤੇ ਮੈਂ ਦਿਖਾਤਾ ਬਾਈ ਤੈਨੂੰ ਬਾਈ ਕਿੱਦਾਂ ਲੱਗਦੇ ਕਿਹੜੇ ਕਿਹੜੇ ਬੰਦੇ ਦੇਖਦੇ ਵੀਡੀਓ ਸਾਡੇ ਜਬਾਨ ਜੀ ਅਸੀਂ ਜਬਾਨੀਆਂ ਨੂੰ ਵੀ ਦਿਖਾਉਂਦੇ ਜੀ ਨਾ ਥੋੜੀ ਬਹੁਤੀ ਸਮਝ ਆਉਂਦੀ ਪੰਜਾਬੀ ਤੇ ਬਾਕੀ ਯਾਰ ਦੋਸਤ ਆ ਭਰਾ ਬਹੁਤ ਸਭ ਨੇ ਪਸੰਦ ਕਰੀ ਜੀ ਅੱਛਾ ਅੱਛਾ ਐ ਪਿੰਡ ਯਾਦ ਆ ਜਾਂਦਾ ਆਪਣਾ ਪਿੰਡ ਯਾਦ ਆ ਜਾਂਦੀ ਮੈਂ ਦੇਖ ਕੇ ਸਾਰੀਆਂ ਨੂੰ ਵਧੀਆ ਚੱਲ ਠੀਕ ਹੈ ਮੇਰਾ ਬਾਈ ਜਪਾਨ ਗਿਆ ਹੋਇਆ ਪੱਕਾ ਉੱਥੇ ਚੰਗੇ ਪੈਰ ਨੂੰ ਉਠਾ ਦਾ ਦੇਖ ਸਾਦਾ ਕੁੜਤਾ ਪੰਜਾਬੀ ਪਾਈ ਘੁੰਮਦਾ ਹਵਾ ਨਹੀਂ ਲੱਗੀ ਹੈਗੀ ਜਪਾਨ ਨਾਲ ਨਹੀਂ ਨਹੀਂ ਜਰੂਰ ਲਓ ਜੀ ਹੁਣ ਅਸੀਂ ਸੌਦੇ ਪੱਤੇ ਲੈ ਲਏ ਸਾਰੇ ਪੂਰੇ ਲਿਫਾਫੇ ਹੱਥ ਭਰੇ ਹੋਏ ਨਿੰਮਿਆਂ ਵੀ ਪੂਰਾ ਟੰਗਿਆ ਹੋਇਆ ਉੱਧਰ ਨਿੰਮ ਦਿਖਾਈ ਤੇਰੇ ਸਦਕੇ ਬੜੀਆਂ ਸ਼ਾਪਿੰਗ ਸ਼ੂਪਿੰਗ ਕੀਤੀਆਂ ਅੱਜ ਨਜ਼ਾਰਾ ਆ ਗਿਆ ਬਾਈ ਚਲੋ ਫਿਰ ਹੁਣ ਗੱਡੀ ਖੋਲੋ ਨਿੰਮੇ ਫੜ ਮਾੜੇ ਗੱਡੀ ਚਾਬੀ ਕੱਢਾ ਮੈਂ ਆਪਣੇ ਫੜ ਲੈ ਲਓ ਜੀ ਹੁਣ ਅਸੀਂ ਗੱਡੀ ਦੇ ਵਿੱਚ ਬੈਠ ਗਏ ਹਾਂ ਨਿੰਮੇ ਨੇ ਗਰਮ ਕੁੱਤਾ ਖਾਧਾ ਨਹੀਂ ਗਰਮ ਕੁੱਤਾ ਨਹੀਂ ਉਹ ਕਿਆ ਕਹਿੰਦੇ ਇੰਗਲਿਸ਼ ਵਿੱਚ ਹਾਂ ਹੌਟ ਡੌਗ ਨਿੰਮੇ ਕਿਆ ਕਹਿੰਦੇ ਆ ਹੌਟ ਡੌਗ ਹੌਟ ਡੌਗ ਫਿਰ ਕਹੀ ਇੱਕ ਵਾਰੀ ਹੌਟ ਡੌਗ ਹੌਟ ਡੌਗ ਚਲੋ ਬਈ ਦੇਖੋ ਵੀ ਨਿੰਮੇ ਨਾਲ ਅਸੀਂ ਆਏ ਹਾਂ ਪਹਿਲਾਂ ਤਾਂ ਬੈਂਕ ਵਿੱਚ ਗਏ ਆਪਣੇ ਬੈਂਕ 'ਚ ਬਈ ਮਹੱਤੜ ਬੰਦੇ ਦਾ ਬਾਈ ਕੋਈ ਉਹ ਨਹੀਂ ਹੈਗਾ ਜੀ ਬੰਦੇ ਨੂੰ ਬੜਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਠੀਕ ਹੈ ਨਾ ਬਾਈ ਨਿੰਮ ਹੈਗਾ ਮਹੱਤੜ ਬੰਦਾ ਜੇ ਹੁਣ ਅਸੀਂ ਨਾ ਹੋਏ ਨਿੰਮੇ ਨੇ ਫਿਰ ਉਦੇ ਆ ਤੇ ਆਪਣਾ ਤੀਆ ਕਿਹੜਾ ਨਿੰਮੇ ਨਾਲ ਨਾ ਤਿੰਨ ਵਾਰ ਅਸੀਂ ਹਾਲੇ ਬੈਂਕ 'ਚ ਹਾਲੇ ਤੱਕ ਇਹਦਾ ਪਹਿਲਾਂ ਤਾਂ ਇਹਦਾ ਅਕਾਊਂਟ ਬੰਦ ਹੋਇਆ ਹੋਇਆ ਸੀ ਉਹ ਚਾਲੂ ਕਰਵਾਇਆ ਫਿਰ ਦੂਜੀ ਵਾਰ ਏਟੀਐਮ ਲੈ ਕੇ ਦੂਜੀ ਵਾਰ ਏਟੀਐਮ ਲੈ ਕੇ ਨਾ ਏਟੀਐਮ ਬੈਂਕ 'ਚ ਦਿੱਤਾ ਸੀ ਹਾਂ ਏਟੀਐਮ ਲੈ ਕੇ ਉਹਦਾ ਕੋਡ ਨਹੀਂ ਮਿਲਿਆ ਹਾਂ ਉਹਦਾ ਕੋਡ ਨਹੀਂ ਮਿਲਿਆ ਕੋਡ ਮਿਲਣ ਦਾ ਕਿਆ ਕਰ ਸੀ ਉਹਨੇ ਦੱਸ ਰਿਹਾ ਚੱਕਰ ਦਾ ਕਾਹਦੇ ਨੇ ਉਹਦਾ ਕਿਆ ਚੱਕਰ ਹੋਇਆ ਮੇਰਾ ਮੈਸੇਜ ਨਹੀਂ ਆਇਆ ਫੋਨ ਤੇ ਜਿਹੜਾ ਇਹਦਾ ਪਹਿਲਾ ਨੰਬਰ ਦਾ ਉਹ ਬੰਦ ਹੋ ਗਿਆ ਤੇ ਹੁਣ ਨਵਾਂ ਨੰਬਰ ਐਡ ਕਰਾ ਕੇ ਐਪਲੀਕੇਸ਼ਨ ਦੇ ਕੇ ਆਏ ਕਹਿੰਦੇ 2 ਦਿਨ ਤੱਕ ਫੇਰ ਆਇਓ ਹਾਂ ਨਿੰਮੇ ਨੇ ਸਾਡੇ 3 ਜਾਂ ਚੌਥੇ 4 ਨਾ ਹੁਣ 3 ਕਿਹੜਾ ਚੌਥਾ ਕਿਹੜਾ ਫੇਰ ਵੰਡ ਦੇਣਾ ਇਹਨੇ ਨਾ ਜਿਹੜਾ ਪਹਿਲਾ ਜਦੋਂ ਖਾਤਾ ਖੁਲਾਇਆ ਸੀ ਉਸ ਟਾਈਮ ਉਹ ਮੋਬਾਈਲ ਦਾ ਨੰਬਰ ਹੋਰ ਦਿੱਤਾ ਹੋਇਆ ਸੀ ਤੇ ਹੁਣ ਨਿੰਮੇ ਨੇ ਨੰਬਰ ਚੇਂਜ ਕਰ ਲਿਆ ਉਹ ਫਿਰ ਜਿਹੜਾ ਇੱਕ OTP ਆਉਂਦਾ ਹੁੰਦਾ ਨਾ ਫਿਰ ਤਾਂ ਕਿਤੇ ਜਾ ਕੇ ਨਾ ਆਪਣੂੰ ਬੈਂਕ ਦਾ ਉਹ ਮਿਲਦਾ ਹੁੰਦਾ ਨਾ ਬੈਂਕ ਨਹੀਂ ਕਾਰਡ ਦਾ ਨੰਬਰ ਉੱਪਰਲਾ ਮਿਲਦਾ ਹੁੰਦਾ ਵਿੱਚ ਭਰ ਕੇ ਤਾਂ ਖੋਲ ਹਾਂ ਹਾਂ ਖੋਲਦਾ ਤੇ ਪਹਿਲਾਂ ਕੁੱਤਾ ਖਾਦ ਨਹੀਂ ਕੁੱਤਾ ਨਹੀਂ ਯਾਰ ਉਹ ਫੇਰ ਮੈਂ ਭੁੱਲ ਇਹਨੇ ਮੈਂ ਕਿਆ ਖਾਦਾ ਹੌਟ ਡੌਗ ਹੌਟ ਡੌਗ ਹੌਟ ਡੌਗ ਖਾਦਾ ਤੇ ਦੇਖੋ ਬਾਈ ਇਹ ਹੁੰਦੀ ਆ ਪਿੰਡ ਵਾਲੀ ਅੰਗਰੇਜ਼ੀ ਠੀਕ ਆ ਤੁਸੀਂ ਨਾ ਬਾਈ ਅਸੀਂ ਕੋਈ ਵਿੱਚ ਨਾ ਅੰਗਰੇਜ਼ੀ ਦਾ ਵਰਲਡ ਕੋਈ ਅਸੀਂ ਗਲਤ ਬੋਲ ਦਿੰਦੇ ਹਾਂ ਫਿਰ ਤੁਸੀਂ ਕਹੀ ਜਾਂਦੇ ਬਾਈ ਤੁਸੀਂ ਉਹ ਗਲਤ ਬੋਲਿਆ ਹੋਇਆ ਇੱਦਾਂ ਨਾ ਉਹਦੇ ਸਾਡੀ ਪਿੰਡਾਂ ਵਾਲੀ ਇਹੀ ਸਾਡਾ ਭੋਲਾ ਪਾਣ ਸਾਡਾ ਦੇਸੀਪਨ ਸਾਡਾ ਭੋਲਾਪਨ ਸਾਡਾ ਦੇਸੀਪਨ ਇਹੀ ਸਾਡੀ ਪਹਿਚਾਣ ਹੈ ਜਿਹੜੇ ਪਿੰਡਾਂ ਵਾਲੇ ਤੁਹਾਨੂੰ ਪਤਾ ਇੱਦਾਂ ਹੀ ਹੁੰਦੇ ਆ ਠੀਕ ਆ ਨਾ ਅਸੀਂ ਪਿੰਡਾਂ ਵਾਲੇ ਬਾਈ ਅਸੀਂ ਹੌਟ ਡੌਗ ਹੀ ਖਾਣਾ ਨਿੰਮੇ ਕਹਿ ਦੇ ਯਾਰ ਫਿਰ ਇੱਕ ਵਾਰੀ ਹੌਟ ਡੌਗ ਚੱਲ ਫਿਰ ਨਿੰਮੇ ਨੂੰ ਅਸੀਂ ਫਿਰ ਦੇਖੋ ਜੀ ਇੱਕ ਨਿੰਮੇ ਨੇ ਫੋਨ ਵੀ ਰੱਖਿਆ ਹੋਇਆ ਆਪਣੀ ਜਾਨ ਨਾਲ ਵੱਧ ਪਿਆਰਾ ਰੱਖਿਆ ਤੇ ਕਿਉਂਕਿ ਮੈਂ ਉਹਨੂੰ ਨਿੰਮਾ ਨੂੰ ਲੈ ਕੇ ਦਿੱਤਾ ਫਿਰ ਨਿੰਮਾ ਬਾਈ ਕਹਿੰਦੇ ਯਾਰ ਉਹਦੇ ਮੈਨੂੰ ਕਹਿੰਦਾ ਫੋਨ ਕਰਦਾ ਹੋਈ ਜਾਂਦਾ ਫਿਰ ਅਸੀਂ ਆਹ ਇੱਕ ਆਹ ਵੀ ਲੈ ਕੇ ਦਿੱਤਾ 2 ਪਰਨੇ ਲੈ ਕੇ ਦਿੱਤੇ ਨਿੰਮੇ ਪਰਨੇ ਕਿਤੇ ਛੱਡੇ ਤਾਂ ਨਹੀਂ ਆਇਆ ਹੈਗੇ ਆ ਕਲਰ ਦਿਖਾ ਦੇ ਬਾਈ ਅੱਜ ਦੇ ਬਾਅਦ ਨਿੰਮੇ ਵੀਡੀਓ ਵਿੱਚ ਅਗਲੀ ਵੀਡੀਓ ਦੇ ਵਿੱਚ ਉਹ ਪਰਨੇ ਆਉਣੇ ਚਾਹੀਦੇ ਆ ਨਿੰਮੇ ਦਿਖਾ ਦੋ ਕਿਹੜੇ ਕਲਰ ਇੱਕ ਆ ਹਾਏ ਮਿੱਟੀ ਰੰਗਾ ਆ ਹਾਂ ਮਿੱਟੀ ਰੰਗਾ ਜੇ ਇੱਕ ਅਸਮਾਨੀ ਕਲਰ ਫਰੋਜੀ ਹੈ ਨਾ 2 ਕਲਰ ਲੈ ਕੇ ਦਿੱਤੇ ਆ ਇੱਕ ਜੁੱਤੀ ਲੱਤੀ ਆ ਇੱਕ ਆਹ ਲੈ ਇੱਕ ਜੁੱਤੀ ਲੱਤੀ ਆ ਉਹ ਵੀ ਤੁਸੀਂ ਦੇਖੀ ਵਿੱਚ ਕਵਰ ਵਾਲਾ ਲੈ ਕਵਰ ਵਾਲਾ ਬਈ ਏਦਾਂ ਹੋ ਜਾਂਦਾ ਹੁਣ ਇਹ ਚੱਕਰ ਹੋਏ ਬਾਈ ਨਿੰਮੇ ਬਾਈ ਨਾਲ ਹੁਣ ਕਿਆ ਕਰੀਏ ਹੁਣ ਸਾਨੂੰ ਨਾਲ ਰਹਿਣਾ ਪੈਂਦਾ ਨਿੰਮੇ ਬਾਈ ਦੇ ਬਾਈ ਨਿੰਮਾ ਸਾਡੀ ਜਾਨ ਹੈ ਠੀਕ ਹੈ ਨਾ ਅਸੀਂ ਹੁਣ ਇਹ ਮੇਰਾ ਸਾਥ ਦਿੰਦਾ ਮੈਂ ਨਿੰਮੇ ਬਾਈ ਦਾ ਸਾਥ ਦਿੰਦਾ ਦੇਖੋ ਮੇਰੇ ਨਾਲ ਕਿੰਨੇ ਕੰਮ ਕਰਾਉਂਦਾ ਤੇ ਹੁਣ ਜੇ ਮੈਂ ਨਾ ਜੇ ਮੈਨੂੰ ਇਹ ਕਹੇ ਬਈ ਨਿੰਮੇ ਨੇ ਕਹਿਣਾ ਮੈਨੂੰ ਬਾਈ ਇੱਥੇ ਜਾਣਾ ਮੈਂ ਚਲੋ ਮੈਨੂੰ ਵੀ ਇੱਕ ਦੋ ਕੰਮ ਸੀ ਹਾਲੇ ਵੀ 2 ਸਾਡੇ ਕੰਮ ਪਏ ਆ ਇੱਕ ਮੈਂ ਉੱਧਰ ਜਾਣਾ ਇੱਕ ਉੱਧਰ ਜਾਣਾ ਤੇ ਚਲੋ ਫਿਰ ਹੁਣ ਚੱਲੀਏ ਫਿਰ ਬਾਈ ਹੁਣ ਖਾ ਪੀ ਵੀ ਲਿਆ ਕਿਆ ਖਾਦਾ ਨਿੰਮੇ ਫਿਰ ਦੱਸਿਆ ਇੱਕ ਵਾਰੀ ਹੌਟ ਡੌਗ ਹੌਟ ਡੌਗ ਖਾਦਾ ਨਿੰਮੇ ਨੇ ਫਿਰ ਚੱਲ ਠੀਕ ਹੈ ਹੁਣ ਚੱਲਦੀ ਇੱਕ ਹੌਟ ਡੌਗ ਖਾਦਾ ਇੱਕ ਹੋਰ ਕੀ ਖਾਦਾ ਹੋਰ ਖਾਦੀ ਪੇਸਟੀ ਪੇਸਟੀ ਖਾਦੀ ਹੋਰ ਇੱਕ ਠੰਡਾ ਪੀਤਾ ਠੰਡਾ ਪੀਤਾ ਬਾਈ ਹੱਥ ਤੇਰੇ ਮੱਛਾਂ ਨੇ ਮਰੋੜਿਆ ਰੰਨਾ ਹੁਣ ਚਲੋ ਚਲੋ ਫਿਰ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਤੁਸੀਂ ਅਗਲੀ ਵੀਡੀਓ ਦੇ ਵਿੱਚ ਬੰਮ